ਅਸੀਂ ਅੱਜ ਬਾਜਵਾ ਕਬੀਲੇ ਦਾ ਜਿਹੜਾ ਜ਼ਿਕਰ ਹੈ ਕਰਾਂਗੇ। ਪੂਰੇ ਜੱਗ ਵਿੱਚ ਵਸਦੇ ਪੰਜਾਬੀ ਪਿਆਰਿਓ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਅਸੀਂ ਇੱਕ ਨਵਾਂ ਸਿਲਸਿਲਾ ਸੁਰਤ ਸਿਆਣਪ ਵੀ ਸ਼ੁਰੂ ਕਰ ਰਹੇ ਹਾਂ ਬਾਬਾ ਬਾਜਵਾ ਚੈਨਲ ਤੋਂ, ਜਿਹਦੇ ਵਿੱਚ ਪੰਜਾਬ ਦਾ ਗੁਆਚਿਆ ਹੋਇਆ ਵਸੇਬ, ਉਹਦੀਆਂ ਕਦਰਾਂ ਕੀਮਤਾਂ, ਉਹਦੀਆਂ ਛੋਟੀਆਂ ਛੋਟੀਆਂ ਉਹ ਗੱਲਾਂ ਜਿਨ੍ਹਾਂ 'ਚ ਬੜੀਆਂ ਹੀ ਸਿਆਣਪ ਅਤੇ ਦਾਨਾਈ ਦੀਆਂ ਗੱਲਾਂ ਸਨ, ਪੰਜਾਬ ਦੀਆਂ ਜ਼ਾਤਾਂ ਦੇ ਬਾਰੇ 'ਚ ਜੋ ਸਾਨੂੰ ਮਿਲ ਸਕਦਾ ਹੈ, ਕਿਉਂਕਿ ਪੰਜਾਬੀਆਂ ਨੇ ਅਸਾਂ ਆਪਣਾ ਸਾਰਾ ਕੁਝ ਗੁਆ ਲਿਆ ਹੈ, ਆਪਣੀ ਆਲਕ ਦੀ ਵਜ੍ਹਾ ਨਾਲ, ਭੋਲ ਪੁਣੇ ਦੀ ਵਜ੍ਹਾ ਨਾਲ ਆਪਣੀ ਜਿਹੜੀ ਵਿਰਾਸਤ ਹੈ ਆਪਣੀ ਜੱਦ ਤੋਂ ਵੀ ਅਸੀਂ ਦੂਰ ਹੋ ਗਏ ਔਰ ਭੁੱਲ ਗਏ। ਅਸੀਂ ਬੜੀ ਕੋਸ਼ਿਸ਼ ਕਰਕੇ ਮਤਲਬ ਖਿੱਚ ਧਰੂ ਕਰਕੇ ਸੱਜਿਓਂ ਖੱਬਿਓਂ ਭਾਲ ਕਰਕੇ ਅਤੇ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਹ ਜਿਹੜੀ ਗੱਲ ਦੱਸੀ ਹੈ ਬਾਜਵਿਆਂ ਦੇ ਬਾਰੇ 'ਚ, ਲੇਕਿਨ ਇਹਨੂੰ ਵੀ ਕੋਈ ਮੁਕੰਮਲ ਇਸ ਵਾਸਤੇ ਨਹੀਂ ਆਖਿਆ ਜਾ ਸਕਦਾ ਕਿ ਮੁਕੰਮਲ ਉਦੋਂ ਹੋਏਗੀ ਜਦੋਂ ਇੱਕ ਇੱਕ ਪਿੰਡ ਦਾ ਸਾਰਾ ਸ਼ਿਜਰਾ ਇਕੱਠਾ ਇੱਕ ਦੂਜੇ ਦੇ ਨਾਲ ਜੁੜੇਗਾ ਔਰ ਜਿੱਥੇ ਜਿੱਥੇ ਵੀ ਬਾਜਵਿਆਂ ਦੇ ਪਿੰਡ ਨੇ ਉਹਨਾਂ ਦਾ ਜਿਹੜਾ ਜੱਦੇ ਅਮਜਦ ਹੈ ਉਹ ਸਾਬਤ ਕਰਨਗੇ ਕਿ ਫਲਾਣੇ ਪਿੰਡੋਂ ਆਇਆ ਸੀ, ਉਹ ਫਲਾਣੇ ਪਿੰਡੋਂ, ਤਾਂ ਇਸ ਤਰ੍ਹਾਂ ਕਰਕੇ ਇਹਨਾਂ 'ਤੇ ਇੱਕ ਬਿਲਕੁਲ ਇੱਕ ਲੜੀ ਪਰੋਤੀ ਜਾਏਗੀ। ਤਾਂ ਇਹਨਾਂ ਦੀ ਅਸੀਂ ਗੱਲ ਸ਼ੁਰੂ ਕਰਦੇ ਹਾਂ ਕਿ ਬਪਾਇਆ, ਜਿਹਦਾ ਨਾਂ ਵਡੌਲ ਵੀ ਸੀ, ਇਹ ਹਜ਼ਰਤ ਆਦਮ ਅਲੈਹਿ ਸਲਾਮ ਦੀ ਨਸਲ 'ਚੋਂ ਅੱਗੇ ਜਾ ਕੇ ਕਾਫੀ ਦੂਰ ਹੋਇਆ ਅਤੇ ਇਹ ਬਪਾਏ ਦਾ ਪੁੱਤਰ ਸੀ ਬਾਜਵਾ। ਉਹਦੀ ਜਿਹੜੇ 42 ਪੁੱਤਰ ਬਪਾਏ ਦੇ ਹੋਏ ਨੇ, ਜਿਨ੍ਹਾਂ ਵਿੱਚੋਂ 7 ਚੌਥੇ ਨੰਬਰ ਦਾ ਪੁੱਤਰ ਜਿਹੜਾ ਸੀ ਉਹ ਬਾਜਵਾ ਸੀ। ਇਹ ਖਾਨਦਾਨ ਦਾ ਤਲਕ ਡਾਕਟਰ ਲਾਲ ਬਖਸ਼ ਨਾਇਚ, ਸਾਡੇ ਸਿੰਧੀ ਖੋਜਕਾਰ ਨੇ ਬਹੁਤ ਬੜੇ, ਉਹਨਾਂ ਨੇ ਬੜਾ ਕੰਮ ਹੈ, ਨਾਇਚ ਨਾਮਾ ਉਹਨਾਂ ਦੀ ਕਿਤਾਬ ਹਾਲੀ ਛਪੀ ਨਹੀਂ, ਲੇਕਿਨ ਉਹਦੇ ਉੱਤੇ ਉਹਨਾਂ ਨੇ ਕੋਈ 5200 ਗੋਤਾਂ ਜੱਟਾਂ ਦੀਆਂ ਜਿਹੜੀਆਂ ਟਰੇਸ ਕਰਕੇ ਅਤੇ ਉਹਨਾਂ ਦੇ ਬਕਾਇਦਾ ਪੀੜ੍ਹੀ ਨਾਮਾ ਔਰ ਵੰਸਾਵਲੀ ਵੀ ਉਹਨੂੰ ਆਉਂਦੇ ਨੇ, ਕਿਉਂਕਿ ਬਣਸ ਹੈ ਨਾ ਲਫਜ਼, ਬਣਸ ਦਾ ਮਤਲਬ ਹੈ ਨਸਲ, ਵੰਸਾਵਲੀ, ਅਤੇ ਉਹ ਸਾਰਾ ਪੀੜ੍ਹੀ ਨਾਮਾ ਵੀ ਅਸੀਂ ਆਉਂਦੇ ਹਾਂ, ਨਸਬ ਨਾਮਾ ਵੀ ਇਹਨੂੰ ਆਉਂਦੇ ਹਾਂ। ਤਾਂ ਉਹਨਾਂ ਨੇ ਸਾਰਾ ਇਕੱਠਾ ਕਰਕੇ ਅਤੇ ਮੈਨੂੰ ਬਾਜਵਾ ਫੈਮਿਲੀ ਦੇ ਮੁੱਢ ਦੇ ਬਾਰੇ 'ਚ ਡਾਕਟਰ ਲਾਲ ਬਖਸ਼ ਨਾਇਚ ਨੇ ਜਿਹੜੀ ਜਾਣਕਾਰੀ ਭੇਜੀ ਹੈ ਉਹ ਇਵੇਂ ਕਿ ਖਾਨਦਾਨ ਦਾ ਤਲਕ ਹੂਰ ਦੇ ਪੁੱਤਰ ਬਰਬਰ ਦੀ ਨਸਲ ਤੋਂ ਚੱਲ ਕੇ ਅਤੇ ਨਾਹੂਰ ਤੇਜ਼ ਭਗਵਾਨ ਉਰਫ ਅਯੂਬੇ ਅਵਲ, ਹਜ਼ਰਤ ਅਯੂਬ ਜਿਹੜੇ ਪਹਿਲੇ ਹੋਏ ਨੇ, ਇਹ ਅਯੂਬ ਵੀ ਦਲਮੂਨ ਦੇਸ਼ 'ਚ ਹੀ ਮਬੂਸ ਹੋਏ ਸਨ। ਦਲਮੂਨ ਦੇਸ਼ ਇਸ ਇਲਾਕੇ ਨੂੰ ਆਉਂਦੇ ਸਨ, ਇਹ ਸਾਡਾ ਜਿਹੜਾ ਸਾਰਾ ਇਲਾਕਾ ਜਿਹਨੂੰ ਸਪਤ ਸਿੰਧੂ ਆਉਂਦੇ ਸਨ, ਜਿਹਦੇ ਵੀ ਸਾਰਾ ਸਿੰਧ ਵੀ ਸੀ, ਬਲੋਚਿਸਤਾਨ ਵੀ ਸੀ, ਸਾਰਾ ਸੂਬਾ ਸਰਹੱਦ ਵੀ ਸੀ, ਦਿੱਲੀ ਤੱਕ ਦਾ ਇਲਾਕਾ ਰਾਜਸਥਾਨ ਦਾ ਵੀ ਸੀ, ਇਹਨੂੰ ਸਪਤ ਸੰਧੂ ਆਉਂਦੇ ਸਨ, ਜਿਹਦੇ ਸਪਤ ਸਿੰਧੂ ਜਿਹਦੇ 7 ਦਰਿਆ ਵਗਦੇ ਸਨ। ਅਤੇ ਇਹਦੇ ਵਿੱਚ ਹੀ ਇਹ ਖਾਨਦਾਨ ਜਿਹੜਾ ਹੋਇਆ, ਅਯੂਬ ਅਵਲ ਦਾ ਹੋਰ ਦੇ ਪੁੱਤਰ ਤਾਰਕ ਦੇ ਪੁੱਤਰ ਇਬਰਾਹਿਮ, ਜਿਨ੍ਹਾਂ ਨੂੰ ਬ੍ਰਹਮਾ ਵੀ ਆਖਿਆ ਜਾਂਦਾ ਵਿੱਚੋਂ, ਉਸ ਨਸਲ ਨਾਲੇ ਬਾਜਵਾ ਲੋਕਾਂ ਦਾ ਤਲਕ ਇਬਰਾਹਿਮ ਦੇ ਬੇਟੇ ਇਸਮਾਇਲ, ਯਾਨੀ ਹਜ਼ਰਤ ਇਬਰਾਹਿਮ ਦੇ ਬੇਟੇ ਹਜ਼ਰਤ ਇਸਮਾਇਲ ਦੀ, ਯਾਨੀ ਉਹਨਾਂ ਨੂੰ ਅਥਰੂ ਭਗਵਾਨ ਵੀ, ਅਥਰ ਭਗਵਾਨ ਵੀ ਆਖਦੇ ਸਨ ਹਿੰਦੀ 'ਚ, ਸ਼ਮਾਇਲ ਉਜ਼ਬੀਉੱਲਾ ਵੀ ਉਹਨਾਂ ਨੂੰ ਕਿਹਾ ਗਿਆ, ਉਹਨਾਂ ਨਾਲ ਹੈ। ਯਾਨੀ ਉਹਨਾਂ ਦਾ ਇਹ ਵਿਚਾਰ ਹੈ ਕਿ ਇਹ ਜਿਹੜੇ ਅੰਬੀਆ ਸ਼ੁਰੂ ਦੇ ਹੋਏ ਨੇ ਨਾ, ਇਹ ਇਸੇ ਧਰਤੀ 'ਚ ਹੋਏ ਨੇ, ਹਜ਼ਰਤ ਆਦਮ ਅਲੈਹਿ ਸਲਾਮ ਵੀ, ਹਜ਼ਰਤ ਨੂਹ ਅਲੈਹਿ ਸਲਾਮ ਵੀ, ਔਰ ਇਹ ਤਾਂ ਪੱਕੀ ਬਾਤ ਹੈ। ਮੇਰੇ ਕੋਲ ਇੱਕ ਕੁਰਾਨ ਸ਼ਰੀਫ ਦਾ ਨੁਸਖਾ ਪਿਆ ਜਿਹਦੇ 'ਚ ਲਿਖਿਆ ਹੋਇਆ ਕਿ ਇਬਰਾਹਿਮ, ਇਸਮਾਇਲ, ਇਸਹਾਕ ਅਤੇ ਯਾਕੂਬ ਵਗੈਰਾ, ਇਹ ਅਰਬੀ ਦੇ ਲਫਜ਼ ਹੀ ਨਹੀਂ ਔਰ ਇਹ ਪੁਰਾਣੀ ਸੁਰਿਆਨੀ ਜ਼ਬਾਨ ਹੈ। ਜਿਹੜੀ ਸਾਡਾ ਇਹ ਵਿਚਾਰ ਹੈ ਕਿ ਜਿਹੜੀ ਇਸ ਧਰਤੀ ਦੀ ਪੁਰਾਣੀ ਜਟਕੀ ਜ਼ਬਾਨ ਸੀ, ਇਹ ਉਹਦੇ ਹੀ ਲਫਜ਼ ਨੇ, ਜਿਹੜੀ ਕਿ ਬਾਅਦ 'ਚ ਮਤਲਬ ਅਕਬਰ ਦੇ ਦੌਰ 'ਚ ਪੰਜਾਬ ਇਹਦਾ ਨਾਂ ਪਿਆ, ਸਾਡੇ ਸੂਬੇ ਦਾ ਵੰਡ ਹੋਈ ਇੰਤਜ਼ਾਮੀ ਪੱਖੋਂ ਉਹਨਾਂ ਨੇ ਵੰਡ ਕੀਤੀ, ਕਿਉਂਕਿ ਬਹੁਤ ਬੜਾ ਇਲਾਕਾ ਸੀ ਅਤੇ ਇਹਦਾ ਨਾਂ ਪੰਜਾਬ ਰੱਖ ਦਿੱਤਾ। ਤੋ ਇਹ ਹੈ। ਇਹਦੇ ਤੋਂ ਇਲਾਵਾ ਬਾਜਵਾ ਕਬੀਲਾ ਦਾ ਤਲਕ ਇਸਮਾਇਲ ਦੇ ਬੇਟੇ ਨਿਆਬੂਤ ਉਰਫ ਨਬਤ ਤਿੱਬਤ ਅਜ਼ਮਲ ਅਤੇ ਕਰਨ ਨਾਲ ਵੀ ਹੈ, ਇਹਨਾਂ ਦੀ ਨਸਲ ਨੇ ਤਿੱਬਤ ਵੀ ਆਬਾਦ ਕੀਤਾ ਸੀ। ਇਹਦਾ ਤਲਕ ਬੇਲਾਖਰ ਨਿਆਬੂਤ ਉਰਫ ਕਰਨ ਦੇ ਬੇਟੇ ਅਤਰੀ, ਹਾਂਜੀ, ਮਰੀਸ਼ ਬ੍ਰਹਮਾ ਦੇ ਬੇਟੇ, ਨਰੀਜ ਦੇ ਬੇਟੇ ਸੂਰਜ, ਹਾਂਜੀ, ਉਹ ਸਵਾਨ ਤੋਂ ਬਬ ਸਵਾਨ, ਇੱਥੋਂ ਤੱਕ ਕਿ ਬਾਜਵਾ ਲੋਕ ਜਿਹੜੇ ਨੇ ਇਸ ਵਜ੍ਹਾ ਨਾਲ ਸੂਰਜ ਵੰਸ਼ ਕਲਵਾਏ ਕਿ ਸੂਰਜ ਨਾਂ ਦਾ ਇੱਕ ਇਹਨਾਂ ਦਾ ਵਟਕਾ ਜਿਹੜਾ ਸੀ ਉਹਦੇ ਵਿੱਚੋਂ ਸੀ। ਬਾਜਵਾ ਦਾ ਤਲਕ ਸੂਰਜ ਪੁੱਤਰ ਨਰੀ ਦੀ ਆਲਾ ਨਸਲ ਤੋਂ ਭੋਜ ਰਾਜ ਅਤੇ ਸੂਰਜ ਤੋਂ ਮੂਲ ਰਾਜ ਅਤੇ ਚਾਲਕ ਸੋਤਰਕ ਅਤੇ ਬਪਾਲੀਆ ਬਪਾਇਆ ਵਡੌਲ
ਤੋਂ ਇਹ ਬਾਜਵਾ ਪੈਦਾ ਹੋਇਆ ਅਤੇ ਇਹਦੀ ਸਮਾਤਰੀ ਭਾਈ ਬੰਦ ਇਹਦੇ ਜਿਹੜੇ ਨਾਲ ਸਨ ਨਾ ਇਹਦੀ ਮਾਂ ਦੇ ਵਿੱਚੋਂ ਪੈਦਾ ਹੋਏ ਉਹਨਾਂ ਦਾ ਨਾਂ ਸੀ ਹਰਲ, ਘਰਲ, ਜੋਤਾ ਅਤੇ ਚੰਦਰ ਵਗੈਰਾ। ਬਾਜਵਾ ਖਾਨਦਾਨ ਕਬਲ ਮਸੀਹ ਤੋਂ ਦੁਨੀਆ ਆਲਮ 'ਚ ਦੂਜਿਆਂ ਇਨਸਾਨਾਂ ਕੌਮਾਂ ਦੇ ਕਬੀਲਿਆਂ ਦੀ ਤਰ੍ਹਾਂ ਵੱਖ ਵੱਖ ਮੁਲਕਾਂ, ਮਜ਼ਹਬਾਂ, ਮੁਖਤਲਿਫ ਰੰਗਤਾਂ, ਮੁਖਤਲਿਫ ਜ਼ਬਾਨਾਂ ਦਾ ਵਾਰਸ ਰਿਹਾ। ਅਸਲ ਬਾਜਵਾ ਲੋਕਾਂ ਦਾ ਜਿਹੜਾ ਮਾਂ ਪਿਓ ਦਾ ਵਤਨ ਉਹ ਦਲਮੂਨ ਦੇਸ਼, ਅੰਮ੍ਰਿਤ ਦੇਸ਼, ਪ੍ਰਾਚੀਨ ਸਿੰਧ, ਕਦੀਮ ਸਿੰਧ ਸੀ। ਇਸ ਦੇਸ਼ ਵਿੱਚ ਪੁਰਾਣੇ ਜ਼ਮਾਨੇ ਦੀ ਅਸੀਮ ਤਰੀਨ ਵਾਦੀ ਜਿਹੜੀ ਸੀ ਮੁਲਤਾਨ, ਮਸਕਨ ਅਤੇ ਇਹ ਉੱਚ ਸ਼ਰੀਫ ਅਤੇ ਜੰਗ, ਇਹ ਜਿਹੜੇ ਪੁਰਾਣੇ ਆਬਾਦ ਇਲਾਕੇ ਸਨ ਉਹ ਸਨ। ਉੱਥੋਂ ਹੀ ਸ਼ਰਨਾਥ ਹੋ ਕੇ ਅਤੇ ਦੁਨੀਆ ਦੇ ਮੁਲਕਾਂ 'ਚ ਜਾ ਕੇ, ਯਾਨੀ ਖਿੱਲਰ ਪੁੱਲਰ ਕੇ ਅਤੇ ਦੁਨੀਆ ਦੇ ਮੁਲਕਾਂ 'ਚ ਜਾ ਕੇ ਆਬਾਦ ਹੋ ਗਏ। ਇਹ ਗੱਲ ਅਕਸਰ ਬਾਜਵੇ ਲੋਕ ਵੀ ਮੰਨਦੇ ਨੇ ਕਿ ਮਹਾਜਰ ਹੋ ਕੇ ਉੱਚ ਤੋਂ ਸਿਆਲਕੋਟ ਗਏ ਸਨ। ਅੱਜ ਵੀ ਬਾਜਵਾ ਲੋਕ ਹਾਲੀਆ ਸਿੰਧ, ਸਰਾਇਕੀ ਵਸੇਬ, ਹਾਲੀਆ ਪਾਕਿਸਤਾਨ ਦੇ ਮੁਖਤਲਿਫ ਇਲਾਕਿਆਂ, ਬਲੋਚਿਸਤਾਨ, ਦਲਮੋਨ ਮੁਲਕ ਦੇ ਹਿੱਸੇ 'ਚ, ਫਾਰਸ ਦੇ ਇਲਾਕੇ ਵਿੱਚ ਕਰਮਾਨ, ਜ਼ਾਹਿਦਾਨ ਵਿੱਚ ਵੀ ਇਸ ਬਾਜਵਾ ਨਾਮ ਤੋਂ ਲੋਕ ਆਬਾਦ ਨੇ। ਇਹਦੇ ਤੋਂ ਇਲਾਵਾ ਹਿੰਦ ਦੇ ਪੰਜਾਬ, ਹਰਿਆਣਾ, ਜੰਮੂ, ਅਸਾਮ, ਮਿਜ਼ੋਰਾਮ, ਪਾਕਿਸਤਾਨੀ ਪੰਜਾਬ ਵਿੱਚ ਬਾਜਵਾ ਗੋਤ ਦੇ ਲੋਕ ਮਸ਼ਹੂਰ ਨੇ। ਬਾਜਵਾ ਖਾਨਦਾਨ ਨੂੰ ਸਿੰਧ 'ਚ ਜਾਮੋਟ, ਸਮਾਟ, ਪੰਜਾਬ ਵਿੱਚ ਜਾਟ ਅਤੇ ਬਲੋਚਿਸਤਾਨ ਅਤੇ ਫਾਰਸ ਵਿੱਚ ਜਦਗਾਲ ਅਤੇ ਫਰਾਕੀ ਵੀ ਆਖਿਆ ਜਾਂਦਾ। ਔਰ ਹਿੰਦ ਦੇ ਕਾਫੀ ਇਲਾਕਿਆਂ 'ਚ ਜੱਟ ਸੂਰੀਆ ਬੰਸੀ ਕਹਿਲਵਾਉਂਦੇ ਨੇ, ਯਾਨੀ ਸੂਰਜ ਬੰਸੀ। ਬਾਜਵਾ ਲੋਕਾਂ ਨੂੰ ਦੂਜੇ ਜੱਟ ਕਬੀਲਿਆਂ ਦੀ ਤਰ੍ਹਾਂ ਇਹਨਾਂ ਲਕਬਾਂ ਨਾਲ ਪੁਕਾਰਿਆ ਗਿਆ ਅਤੇ ਵਿਸ਼ਵਾਜਨੀ, ਸੂਰਜ ਭੌਣ, ਨੀਤਾ, ਮਹਾਰਾਜਾ, ਰਾਹ, ਰਾਏ ਮਾਰ, ਆਰੀਆ ਮਾਰ, ਮਲੂਕ ਉਲ ਮੁਲਕ, ਪਾਸ਼ਾਹ, ਇਹ ਸਾਰੇ ਟਾਈਟਲ ਮੁਖਤਲਿਫ ਵੇਲਿਆਂ 'ਚ, ਜ਼ਤੀ, ਸੁਮੈਰ, ਪੋਚੀ, ਸੋਚੀ, ਸਾਕਾ, ਸਤੀਨ, ਸੱਤਾ, ਸਫੈਦ, ਉਨ ਉਨਾ, ਖਤਾ, ਖਤਾਈ, ਜਰਾਟਕ, ਜੱਟਾ, ਚੰਗੇਜ਼, ਇਹ ਸਾਰੇ ਜਿਹੜੇ ਨੇ ਨਾ ਇਹਨਾਂ ਦੇ ਜਿਹੜੇ ਖਿਤਾਬ ਮੁਖਤਲਿਫ ਅਲੱਗ ਦੌਰਾਂ 'ਚ ਰਹੇ ਨੇ। ਇਹ ਵੈਦ ਜਿਹੜੇ ਹੋਏ ਨੇ, ਵੈਦਾਂ ਦੇ ਵਿੱਚ ਇੱਕ ਬੜੀ ਲੰਮੀ ਨਜ਼ਮ ਹੈ ਜਿਹਦੇ 'ਚ ਕੁਝ ਮੰਡਲ ਨੇ। ਉਹਨਾਂ ਮੰਡਲਾਂ ਦੇ ਵਿੱਚੋਂ ਮਤਲਬ ਇਹ ਹੈ ਕਿ ਸਰਸਵਤੀ, ਹਾਕੜਾ, ਘੱਗਰ, ਸਪਤ ਸੰਧੂ, ਕੱਬਾ, ਸਮਨਾ, ਆਪਣਾ ਹਮਨਾ, ਗੰਗਾ, ਬ੍ਰਹਮਪੁੱਤਰਾ, ਰਾਵੀ, ਚਨਾਹ, ਜੇਹਲਮ, ਬਿਆਸ, ਸਤਲੁਜ, ਇਹ ਦਰਿਆ ਜਿਹੜੇ ਵਗਦੇ ਨਜ਼ਰ ਆਉਂਦੇ ਨੇ। ਇਹਨਾਂ ਦੇ ਕੰਢਿਆਂ 'ਤੇ ਦਲਮੋਨ ਦੇਸ਼ ਦੇ ਅਸਲੀ ਵਸਿੰਦੇ, ਜਿਨ੍ਹਾਂ ਨੂੰ ਆਰੀਅਨ ਜੱਟ ਵੀ ਆਉਂਦੇ ਸਨ, ਉਹ ਆਬਾਦ ਸਨ। ਇਹ ਲੋਕ ਵੈਦਿਕ, ਸੁਸ਼ਾਟ, ਸੰਥਾਲ ਧਰਮੀ ਸਨ ਔਰ ਇਹਨਾਂ ਦੇ ਕੋਲ ਵੈਦਿਕ ਧਰਮੀ ਵੈਦ ਸ਼ਤਰਕ ਹੁੰਦੇ ਸਨ। ਇਸ ਬਿਨਾਂ 'ਤੇ ਇਹਨਾਂ ਨੂੰ ਆਰੀਆ ਵੈਦਿਕ ਲੋਕ ਵੀ ਆਉਂਦੇ ਸਨ। ਇਹਨਾਂ ਦੀ ਤਾਦਾਦ ਗਿਣਤੀ ਬਹੁਤ ਜ਼ਿਆਦਾ ਸੀ, ਪਰ ਕੁਝ ਕਬੀਲੇ ਜਿਨ੍ਹਾਂ ਵਿੱਚੋਂ ਮੱਲੀ, ਸੰਗਲੀ, ਪੰਸੀ, ਬਪਾਇਆ ਅਤੇ ਬਾਜਵਾ ਲੋਕਾਂ ਲਈ ਇੱਕ ਮਿਸਲ ਮਸ਼ਹੂਰ ਸੀ ਜਿਹੜੀ ਉਹਦੇ ਵਿੱਚ ਵੇਦਾਂ 'ਚ ਸੀ ਕਿ ਸੁਨੈਤ ਜਿਨ੍ਹਾਂ ਦੀ ਦਾਦੀ, ਸੋਤਰਕ ਜਿਨ੍ਹਾਂ ਦਾ ਦਾਦਾ, ਬਪਾਇਆ ਜਿਨ੍ਹਾਂ ਦਾ ਆਬਾ, ਜੀਵਣੀ ਪੁੱਤਰ ਬਪਾਇਆ ਜਾਏ ਜੀਵਣੀ ਆਪਣਾ ਬਪਾਏ ਵਿੱਚੋਂ ਜਾ ਜੰਮੇ ਸੱਤ ਪੁੱਤਰ, ਹੈਂਜੀ, ਬਾਜਵਾ, ਜੋਤਾ, ਖਰਲ, ਭਰਲ, ਕਿਆਣਾ, ਵਿਕਰਾਣਾ, ਚਤਰਸੈਨ, ਅਤੇ ਇਹਨਾਂ ਦੀ ਮਾਂ ਜਿਹੜੀ ਸੀ ਉਹ ਜੀਵਣੀ ਸੀ, ਤੋ ਉਹਨੇ ਇਹ ਸੱਤ ਪੁੱਤਰ ਹੋਏ। ਤੋ ਇਹ ਵੀ ਇੱਕ ਜਿਹੜੀ ਹੈ ਮਿਸਾਲ ਸਾਨੂੰ ਮਿਲਦੀ ਹੈ। ਹੁਣ ਅਸੀਂ ਅੱਗੇ ਚੱਲਦੇ ਹਾਂ ਕਿ ਜਿਹੜਾ ਇਹ ਹੋਇਆ ਆਪਣਾ ਬਪਾਇਆ ਜਿਹਨੂੰ ਵਡੋਲ ਵੀ ਆਖਦੇ ਸਨ, ਉਹਦੀ ਨਸਲ ਵਿੱਚੋਂ ਜਿਹੜਾ ਬਾਜਵੇ ਜਿਹੜਾ ਬਾਜਵਾ ਸੀ, ਚੌਥੇ ਨੰਬਰ ਦਾ ਪੁੱਤਰ ਉਹਦਾ, ਬਪਾਏ ਦੇ 42 ਪੁੱਤਰਾਂ ਵਿੱਚੋਂ ਜਿਹੜਾ ਚੌਥੇ ਨੰਬਰ 'ਤੇ ਬਾਜਵਾ ਸੀ, ਉਹਦੇ ਅੱਗੋਂ ਜਿਹੜੇ ਪੁੱਤਰ ਹੋਏ ਉਹ ਹੋਏ ਬੂੜ, ਖੋਇਆ, ਘਰੀਆ, ਵਾਇਆ, ਸ਼ਲਪ, ਕਲਸ, ਲੈਸ, ਅਤੇ ਜਬੀਨ, ਅਤੇ ਦੇਵਾ, ਅਤੇ ਵਿਸਰਾ, ਅਤੇ ਮੱਦਾ, ਅਤੇ ਚੇਚਰਾ, ਅਤੇ ਵਾਵਾ ਦਾਵਾ। ਇਹ ਮਤਲਬ ਇਹ ਕੁਝ ਲੋਕਾਂ ਦਾ ਇਹ ਵੀ ਖਿਆਲ ਹੈ ਕਿ ਬਾਜਵਾ ਜਗਦੇਵ ਬਿਨ ਕਰਨ ਦੀ ਔਲਾਦ ਵਿੱਚੋਂ ਹੈ। ਬਾਜਵਾ ਖਾਲਸ ਜੱਟ ਕਬੀਲਾ ਹੈ ਔਰ ਇਹ ਬੜਾ ਤਾਕਤਵਰ ਕਬੀਲਾ ਰਿਹਾ ਔਰ ਇਹਨਾਂ ਦਾ ਰਿਕਾਰਡ ਜਿਹੜਾ ਕਬਲ ਮਸੀਹ ਤੋਂ ਮਿਲਦਾ ਹੈ। ਤੋ ਇਹ ਜਿਹੜੇ ਸੀ ਨਾ ਉਸ ਵੇਲੇ ਰਾਜ ਕਰਦੇ ਸੀ ਉੱਚ ਸ਼ਰੀਫ ਦੇ ਉੱਤੇ, ਉੱਚ ਮੁਲਤਾਨ ਅਤੇ ਚੰਗ ਉਸ ਵੇਲੇ ਬੜੇ ਇਸ ਇਲਾਕੇ ਦੇ ਵੱਡੇ ਔਰ ਕੁੱਗ ਵਾਸਤੇ ਸ਼ਹਿਰ ਸਨ ਅਤੇ ਉਹਨਾਂ ਦੇ ਵਿੱਚ ਹੀ ਇਹ ਰਾਜ ਕਰਦੇ ਸਨ। ਲੇਕਿਨ ਹੋਇਆ ਇਹ ਕਿ ਇਹ ਜਦੋਂ ਇੱਥੇ ਉੱਚ 'ਚ ਰਾਜ ਕਰਦੇ ਸਨ ਅਤੇ ਉਸ ਵੇਲੇ ਇਹਨਾਂ 'ਤੇ ਹਮਲਾ ਕੀਤਾ, ਆਮ ਦੱਸਦੇ ਨੇ ਸਿਕੰਦਰ ਲੋਧੀ ਨੇ, ਲੇਕਿਨ ਸਿਕੰਦਰ ਲੋਧੀ 1517 'ਚ ਫੌਤ ਹੋ ਗਿਆ ਸੀ। ਕੁਝ ਤਜ਼ਕਰਿਆਂ 'ਚ ਮਿਲਦਾ ਕਿ ਸ਼ਾਹਬੁੱਦੀਨ ਗੌਰੀ ਦੇ ਨਾਲ ਇਹਨਾਂ ਦਾ ਫੱਡਾ ਪਿਆ,
और शहाबुद्दीन गौरी वाली गल समझ आती है क्योंकि 1175-76 ईस्वी होया और हूँ तक जिहड़ियां सानू मालूम पीढ़ियां बाजवियां दियां असां ये जमा तफरीक करके कढ़ियां ने हूँ तक मेरे तक वो तकरीबन 24 बनदियां ने और 24 पीढ़ियां 100 साल दी है 3 पुश्तां गिणियां जांदियां ने उस हिसाब नाल गिणीए तो ये जिहड़ा शहाबुद्दीन गौरी वाली गल जिहड़ी है ना ये ठीक लगती है। सिकंदर लोधी 400-500 साल बाद च होया। तो असी गल कर रहे सां कि ये जिहड़ा मतलब ये होए दे पुत्र जिहड़े 13 इन्हां दे उत्ते जिस वेले शहाबुद्दीन गौरी उस वेले इन्हां दा बड़ा कुक वसदा राज सी। शहाबुद्दीन इन्हां दे कोल एक चिट्टा हाथी सी वाइट एलीफेंट जिहनूं बड़ा मशहूर आंदे ने फलाना वाइट एलीफेंट है। एक इन्हां कोल डांसर सी वह भी हिंदुस्तान की कोई नवेकली सी कि बहुत ही मतलब इस तरह की सी खूबसूरत भी सी सुंदर भी सी ते बहुत अच्छा डांस करती सी ते एक इन्हां कोल बाज सी बड़ी खास नसल दा। ये तिन्ने चीज़ां मंगियां शहाबुद्दीन गौरी ने और जदों शहाबुद्दीन गौरी ने तिन्ने चीज़ां मंगियां तो इहदे तों इन्हां ने इनकार कर दिता। उस वेले इन्हां दा जिहड़ा भरा सी ना बाजवे दा पुत्र शलफ वो जाहिर सारे भरावां दे राज नहीं सी करना बाकी जो भरा नाल सन उहदे शलफ जिहड़ा सी उह अगला सी उह राज करदा सी उत्ते उह शरीफ ते मुल्तान ते ये सारा। जदों उन्हें ये चीज़ां मंगियां तो उन्हें इनकार कर दिता। शलफ ने आखिया कि नहीं ये कभी घोड़ियाँ तो बीबिया तो इस तरह दीज़ा भी कभी किसी ने दतिया ने तो उदे तो बाद फिर उन्होंने हमला कर दिता। जो उन्होंने हमला कर दिता तो वो मतलब इन्हें शहाबुद्दीन गौरी ने फौजा लैके आ गया तो उदे च फिर इन्होंने लड़ाई तो बड़े जोर न लड़ी लेकिन सूरत हाल यह कि ये मुकाबला ना कर सके और उत्थे 11 भरा जिहड़े ने ना ये उत्थे जान दे बैठे इन्हां अपने इलाके की हिफाजत करदिया होया अपनी बादशाही की हिफाजत करदिया जान देती। उन्हां विचों कलस ते यस ये दो जिहड़े ने ना उस वेले बच के निकले और इन्हां अपनी जान बचा के ते ये सियालकोट के इलाके च आ के ते सैटल हो गए। सियालकोट दे विच जिहड़ा कलर सी ये ते पनवाणा पिंड तहसील पसरूर शहर दे नाल सियालकोट रोड दे लागे पनवाणा पिंड है उत्थे वस गया और लैस जिहड़ा सी यस जिहड़ा उहदे बारे दो रवावां ने रवायतां ने लैस भी आंदे ने यस भी आंदे ने जस भी आंदे ने वो जिहड़ा जम्मू वाले राजे दे कोल मुलाजम हो गया। जम्मू वाले राजे दे रवायतां मिलदियां ने कि उहनूं धी दा रिश्ता भी दिता सारे रायल फैमिली दे बंदे सन उन्हों रिश्ता भी दिता दे नाल 85 पिंड जगीर जिहड़ी बजवाद दा इलाका सियालकोट तो पहाड़ पासे सैदपुर तो परां नूं जिहड़े सारे पिंड ने वो 85 पिंड बजवाद दे भी उन्हों देते जागीर दे विच वो बजू सदान लग पाए क्योंकि बजू बाजवा बाज बाजू ये एक ही लफज सी बुनियादी तौर पर वो जदों सदान लग पाया तो जिस तरह उन्होंने भी साढ़े अक्सर ही लोगों नूं क्योंकि एक जोम हुंदा है कि मैं राजपूत हाँ राजयां दा पुत्र हाँ पुत्र दे भी राजयां दे सन लेकिन एक दफा जदों इन्हें कलस ने इत्थे पनवाणा पिंड च संधवाल विआह कर लिया तो बाद च कितें भरा नूं मिलन गया तो उन्हें आख्या कि यार असीं तां राजपूत सां असीं राजयां दे पुत्र सां तूं जटां नाल रिश्तेदारी कर लईए तो तेरा साडा हुक्का पाणी बंद इंज करके तो जिहड़ा यस दी ते कलस दी औलाद आपस च मिलत गिलत जिहड़ी है वह हौली हौली मुक गई। तो उहदे तो बाद ये होया कि ये जिहड़ा मतलब कलर सी ये इत्थे वस गया। कलर दे विचों दोबा होया देवराय होया मंद होया विसरा होया बाणा होया विसरे दा गो कक्का सर उहदा पुत्र हुदी उहदा पुत्र जौ उहदा पुत्र गोरा उहदा पुत्र कालू उहदा पुत्र पांडू उहदा पुत्र कौलो होया। कौलो जिहड़ा ना जी ये भी उदों पनवाणे वसदा सी ते नसल दर नसल उत्थे उदों रह रहे सन ते इहदे औलाद नहीं सी हुंदी ते इहनू एक मुसलमान दरवेज बंदा जिहदा नां सी हज़रत सिद्ध गदाई जिन्हां दी कबर है काला हरावां सियालकोट दे नाल है रसूलपुर भलियां दे नेड़े करके एक टिब्बे दे उत्ते इहनां दी कबर है उह किते दरवेज मिले ते उहनां ने दुआ कीती ते उहनां आख्या तैनूं माणक मांगा नार सिंह नारायण दईए होर भी दईए होर भी दईए होर भी दईए ते उह नाल उहनां दी बीवी सी उहने आख्या बस बस जी उहनां आख्या तुहानूं बस भी दईए तो उह फिर ना जी नानक ते मांगा ते नार सिंह नारायण भागू चाड़ ते खानू
ਇਹ ਸੱਤ ਪੁੱਤਰ ਹੋਏ ਅਤੇ ਧੀ ਇਹਨਾਂ ਦੇ ਘਰ ਹੋਈ ਬੱਸੇ। ਇਹਨਾਂ ਫਿਰ ਇਹ ਸਾਰਾ ਇਲਾਕਾ ਜਿਹੜਾ ਵਸਾਇਆ, ਨਾਨਕ ਨੇ ਟਵਿੰਡਾ ਵਸਾ ਲਿਆ। ਮਾਂਗਾ ਜਿਹੜਾ ਉਹਨੇ ਪਸਰੂਰ ਦੇ ਕੋਲ ਉਹਦਾ ਮੜ ਸੀ ਬਾਬੇ ਦਾ। 47 ਤੋਂ ਪਹਿਲਾਂ ਤੱਕ ਇਹ ਜਿਹੜਾ ਇਲਾਕਾ ਪੈਂਦਾ ਨਾ ਜੀ, ਜਿਹੜੀ ਸੜਕ ਪਸਰੂਰ ਕਚਹਿਰੀਆਂ ਤੋਂ ਪਰਾਂ ਨੂੰ ਜਾਂਦੀ ਹੈ ਸਿਆਲਕੋਟ ਨੂੰ, ਅਤੇ ਅੱਗੋਂ ਜਿੱਥੋਂ ਨਾਰੋਵਾਲ ਵਾਲੀ ਨਿਕਲਦੀ ਹੈ ਉਹਦਾ ਜਿਹੜਾ ਚੜ੍ਹਦਾ ਪਾਸਾ ਚੱਡੇ ਦਾ ਇਲਾਕਾ ਹੈ, ਉਹਦੇ ਵਿੱਚ ਇਹ ਥਾਂ ਸੀ ਇਸ ਮੜ ਦਾ ਸਰਕਾਰੀ, ਜਿਹੜਾ ਬਾਅਦ 'ਚ ਕਬਜ਼ਾ ਗਰੁੱਪਾਂ ਨੇ ਉੱਥੇ ਜਨਾਬ, ਜਿਸ ਤਰ੍ਹਾਂ ਤਰੀਕਾ ਇਹਨਾਂ ਦਾ ਕਿ ਪਹਿਲਾਂ ਮਸੀਤ ਬਣਾਉਂਦੇ ਨੇ, ਜੇ ਹਿੰਦੁਸਤਾਨ 'ਚ ਕਬਜ਼ਾ ਕਰਨਾ ਹੋਵੇ ਤਾਂ ਪਹਿਲਾਂ ਗੁਰਦੁਆਰਾ ਬਣਾ ਲੈਂਦੇ ਨੇ ਅਤੇ ਬਾਅਦ 'ਚ ਦੁਆਲੇ ਕਲੋਮੀ ਬਣਾ ਲੈਂਦੇ ਨੇ, ਅਤੇ ਮੁਸਲਮਾਨ ਪਹਿਲਾਂ ਮਸੀਤ ਬਣਾ ਕੇ ਤਾਂ ਉੱਥੇ ਕਬਜ਼ਾ ਕਰ ਲੈਂਦੇ ਨੇ। ਉਸ ਜਗ੍ਹਾ 'ਤੇ ਕਬਜ਼ਾ ਕੀਤਾ, ਅਸੀਂ ਸਰਕਾਰ ਕੋਲ ਇਹ ਵੀ ਮੰਗ ਕਰਦੇ ਹਾਂ ਕਿ ਸਾਡਾ ਜੱਦੇ ਅਮਜਦ ਸੀ ਬਾਬਾ ਮਾਂਗਾ ਔਰ ਉਹਦਾ ਮੜ 1947 ਤੱਕ ਮੌਜੂਦ ਸੀ, ਔਰ ਕਮ ਅਜ਼ ਕਮ ਇਹ ਵੇ ਕਿ ਉੱਥੇ ਮੜ ਨਾ ਵੀ ਬਣਾਇਆ ਜਾਏ, ਲੇਕਿਨ ਉਹਦੇ ਨਾਂ ਦਾ ਮਾਂਗਾ ਬਾਬਾ ਮਾਂਗਾ ਪਾਰਕ ਬਣਾ ਦਿੱਤਾ ਜਾਏ, ਤਾਂ ਕਿ ਪਸਰੂਰ ਦੇ ਲੋਕਾਂ ਨੂੰ ਉਹਦੇ 'ਚ ਮਤਲਬ ਇਹ ਕਿ ਆਵਾਜਾਈ ਔਰ ਉਹਦੇ 'ਚ ਇੱਕ ਸੈਰਗਾਹ ਵੀ ਮਿਲ ਜਾਏ, ਔਰ ਇਸ ਨਿਸਬਤ ਨਾਲ ਸਾਡੇ ਕਿਉਂਕਿ ਇੱਥੋਂ ਦੀ ਅਕਸਰੀਅਤ ਬਾਜਵਿਆਂ ਦੀ ਉਹਨਾਂ ਦਾ ਜੱਦੇ ਅਮਜਦ ਸੀ ਬਾਬਾ ਮਾਂਗਾ ਔਰ ਉਹਨਾਂ ਦਾ ਜਿਹੜਾ ਉਹ ਜਗ੍ਹਾ ਔਰ ਉਹਨਾਂ ਦਾ ਨਾਂ ਜਿਹੜਾ ਉਹ ਮੌਜੂਦ ਰਹੇਗਾ। ਅੱਗੋਂ ਜਿਹੜਾ ਬਾਬਾ ਮਾਣਕ ਹੈ, ਕਿਉਂਕਿ ਹੁਣ ਇੱਥੇ ਆ ਕੇ ਤਾਂ ਇਹ ਮਸਲਾ ਪੈਦਾ ਹੁੰਦਾ ਹੈ, ਜਿਸ ਤਰ੍ਹਾਂ ਮੈਂ ਦੱਸਿਆ ਕਿ ਕੌਲੋ ਦੇ ਅੱਗੋਂ 7 ਪੁੱਤਰ ਹੋਏ ਅਤੇ 7 ਦੇ ਵਿੱਚੋਂ ਅੱਗੋਂ ਵੱਖਰੀ ਵੱਖਰੀ ਨਸਲ, ਕੁਝ ਲੋਕ ਮਤਲਬ ਇਹ ਹੈ ਕਿ ਮਾਂਗੇ ਦੀ ਨਸਲ 'ਚੋਂ ਵਹਿਣੀ ਸੀ, ਫਿਰ ਅਨਸੀਨ ਸੀ, ਕਲਾਸ ਸੀ, ਬੱਲੋ ਸੀ, ਫਿਰ ਉਹਦੇ 'ਚੋਂ ਕੁਝ ਚੰਦੋ ਹੋਇਆ, ਫਤਿਹ ਹੋਇਆ, ਦਾਦੂ ਦਾਦ ਹੋਇਆ, ਇਸ ਤਰ੍ਹਾਂ ਅੱਗੋਂ ਮਤਲਬ ਇਹ ਹੈ ਕਿ ਨਸਲਾਂ ਨਿਕਲਦੀਆਂ, ਮੁਹੰਮਦ ਹੋਇਆ, ਦੌਲਤ ਹੋਇਆ, ਦੌਲਤਪੁਰ, ਸਿਕੰਦਰਪੁਰ ਵਾਲੇ, ਅਬੁਲ ਖੈਰ, ਇਸ ਤਰ੍ਹਾਂ ਹੀ ਮਾਣਕ ਜਿਹੜਾ ਸੀ ਉਹਦੀ ਨਸਲ ਦੇ ਵਿੱਚੋਂ ਮਤਲਬ ਇਹ ਹੈ ਕਿ ਬਹੁਤ ਜ਼ਿਆਦਾ ਲੋਕ ਨਿਕਲ ਕੇ ਸਾਡੇ ਵੜਕੇ ਜਿਹੜੇ ਨੇ ਗੱਖੜ, ਜੈਦ, ਦਰੀਆ ਅਤੇ ਭੋਲਾ, ਇਹ ਵੀ ਜਿਹੜੇ ਨੇ ਨਾ, ਇਹ ਮਤਲਬ ਇਹ ਹੈ ਕਿ ਜਾਮ ਦੇ ਪੁੱਤਰ ਸਨ ਗੱਜਣ, ਉਹਨਾਂ ਦਾ ਪਿਓ ਜਾਂ ਗੱਜਣ ਸੀ ਅਤੇ ਗੱਜਣ ਦਾ ਪਿਓ ਜਿਹੜਾ ਮਾਣਕ ਸੀ, ਅਤੇ ਇਹ ਮਾਣਕ ਦੇ ਪੋਤਰੇ ਸਨ ਸਾਡੇ। ਇਹਨਾਂ ਨੇ ਇੱਥੇ ਆ ਕੇ ਗੱਖੜ ਪਾਇਆ, ਗੱਖੜ ਵਾਲੀ ਜੈਦ ਵਾਲੀ ਵਸਾ ਲਈ ਅਤੇ ਦਰੀਆ ਦੇ ਭੋਲਾ, ਇਹ ਅੱਗੋਂ ਉਹਦੇ 4 ਪੁੱਤਰ ਜਿਹੜੇ ਸਨ ਉਹ ਜਨਾਬ ਦਰੀਆ ਦੇ ਭੋਲਾ ਨਨਕਾਣੇ ਦੀ ਜੂਏ ਟੁੱਟ ਗਏ। ਇਸ ਤਰ੍ਹਾਂ ਹੀ ਨਾਨਕ ਦੀ ਕੁਝ ਔਲਾਦ ਜਿਹੜੀ ਹੈ ਉਹ ਸਖਾਣੇ, ਕਹਿਰ ਵਾਲੀ, ਠੱਟਾ ਅਤੇ ਤਫਨਾਲਾ ਅਤੇ ਠੱਟਾ ਗੁਲਾਬ ਸਿੰਘ ਅਤੇ ਕਹਿਰ ਵਾਲੀ ਅਤੇ ਇਹ ਸਾਰਿਆਂ ਪਿੰਡਾਂ ਦੇ ਵਿੱਚ, ਅਤੇ ਅੱਗੋਂ ਜਿਹੜਾ ਭਗਤਪੁਰ ਹੈ ਇਹ ਸਾਡੇ ਪਿੰਡ 'ਚੋਂ ਨਿਕਲ ਕੇ ਗੱਖੜ ਵਾਲੀ 'ਚੋਂ ਚਲਾ ਗਿਆ, ਅਤੇ ਅੱਗੋਂ ਇਹ ਜਿਹੜਾ ਬਾਬਾ ਗੱਖੜ ਹੈ ਨਾ ਜੀ, ਜਿਹਨੇ ਜਿੱਥੇ ਅਸੀਂ ਬੈਠੇ ਹਾਂ ਜਿਹੜਾ ਪਿੰਡ ਹੈ, ਇਹ ਸਾਰਿਆਂ ਤੋਂ ਵੱਡਾ ਭਰਾ ਸੀ, ਇਹ ਮੁਸਲਮਾਨ ਹੋ ਗਿਆ, ਇਹਦਾ ਪੁੱਤਰ ਜਿਹੜਾ ਸਭ ਤੋਂ ਵੱਡਾ ਸੀ ਉਹਦਾ ਨਾਂ ਸੀ ਤਖਤ ਮੱਲ, ਸਾਰੇ ਹਿੰਦੂਆਂ ਦੇ ਨਾਂ ਸਨ, ਅਸੀਂ ਉਹਦੀ ਔਲਾਦ 'ਚੋਂ ਸਾਡੇ ਮਹੱਲੇ ਨੂੰ ਤਰਫ ਤਖਤ ਮੱਲ ਆਖਿਆ ਜਾਂਦਾ, ਔਰ ਇਹ ਅਸੀਂ ਬੜਿਆਂ ਔਖਿਆਂ ਹੋ ਕੇ ਸਾਰਾ ਜਿਹੜਾ ਸ਼ਿਜਰਾ ਜੋੜਿਆ, ਤੋ ਤਖਤ ਮੱਲ ਦਾ ਪੁੱਤਰ ਜਿਹੜਾ ਸੀ ਉਹ ਮੁਹੰਮਦ ਖਾਨ ਸੀ, ਜ਼ਾਹਰ ਮੁਸਲਮਾਨ ਹੋ ਗਿਆ ਸੀ, ਅਤੇ ਮੁਹੰਮਦ ਖਾਨ ਦਾ ਅੱਗੋਂ ਅਲਾਵਲ ਸੀ, ਅਲਾਵਲ ਦਾ ਬੱਗਾ ਸੀ, ਬੱਗੇ ਦਾ ਪੁੱਤਰ ਹਦਾਇਤ ਸੀ, ਹਦਾਇਤ ਦਾ ਪੁੱਤਰ ਆਦਲ ਸੀ, ਆਦਲ ਦਾ ਸਰਬਲੰਦ ਸੀ, ਸਰਬਲੰਦ ਦਾ ਦੁਸੰਧੀ ਖਾਨ ਸੀ, ਦੁਸੰਧੀ ਖਾਨ ਦਾ ਅਲੀ ਮੰਮਨ ਅਤੇ ਨਬੀ ਬਖਸ਼ ਦੋ ਬੇਟੇ ਹੋਏ, ਅਤੇ ਅਲੀ ਮੰਮ ਸਾਹਿਬ ਮੇਰੇ ਜਿਹੜੇ ਦਾਦੇ ਸਨ, ਅਤੇ ਅੱਗੋਂ ਮੇਰੇ ਵਾਲਦ ਸਾਹਿਬ ਗੁਲਾਮ ਰਸੂਲ ਅਤੇ ਮੁਹੰਮਦ ਖਾਨ ਨੰਬਰਦਾਰ ਵੱਡੇ ਅਤੇ ਛੋਟੇ ਮੁਹੰਮਦ ਤਫੈਲ, ਤੋ ਇਹ ਸਾਰਾ ਸਿਲਸਿਲਾ ਜੁੜਦਾ ਰਿਹਾ। ਲੇਕਿਨ ਲੋੜ ਇਸ ਗੱਲ ਦੀ ਹੈ ਕਿ ਅਸੀਂ ਬਾਜਵੇ ਜਿੱਥੇ ਜਿੱਥੇ ਵੀ ਆਏ ਹਾਂ, ਚੜ੍ਹਦੇ ਪੰਜਾਬ 'ਚ ਹਾਂ, ਲਹਿੰਦੇ ਪੰਜਾਬ 'ਚ ਹਾਂ, ਅਸੀਂ ਆਪਣੀ ਜਿਹੜੀ ਪੀੜ੍ਹੀ ਹੈ ਉਹਨੂੰ ਜੋੜੀਏ, ਆਪਣੀ ਪਿੰਡ ਦੀ ਵਿੱਚੋਂ ਕੋਸ਼ਿਸ਼ ਕਰਕੇ ਆਪਣਾ ਸਾਰਾ ਸ਼ਿਜਰਾ ਸਿੱਧਾ ਕਰੀਏ, ਜਿੱਥੇ ਜਿੱਥੇ ਅਸੀਂ ਆਏ ਹਾਂ। ਇਸ ਵੇਲੇ ਬਾਜਵਾ ਦਾ ਲਾਰਜ ਦਾ ਪੰਜਾਬ ਵੀ ਗਰੁੱਪ ਹੈ, ਉਹਦੇ ਹੀ ਸਾਡੇ ਚੜ੍ਹਦੇ ਪੰਜਾਬ ਦੇ ਵੀ ਕਾਫੀ ਦੋਸਤ ਐਡ ਨੇ, ਅਤੇ ਕੱਲ੍ਹ ਵੀ ਗੱਲ ਹੋ ਰਹੀ ਸੀ ਪਰਮਿੰਦਰ ਰਾਜ ਬਾਜਵਾ ਨਾਲ, ਫਿਰ ਜੈਪਾਲ ਬਾਜਵਾ ਨੇ, ਹੋਰ ਬੜੇ ਬਾਜਵਾ ਨੇ, ਆਪਣਾ ਵਿਕਰਮ ਸਿੰਘ ਜੀ ਨੇ, ਇਸ ਤਰ੍ਹਾਂ ਹੀ ਲਹਿੰਦੇ ਪੰਜਾਬ 'ਚ ਬਾਜਵਿਆਂ ਦੇ ਬਹੁਤ ਜ਼ਿਆਦਾ ਗਰੁੱਪ ਨੇ। ਬਾਜਵਾ ਦਾ ਲਾੜਦਾ ਪੰਜਾਬ ਦੇ ਨਾਲ ਬਾਜਵਾ ਇਤਿਹਾਦ ਫਾਊਂਡੇਸ਼ਨ ਹੈ, ਫਿਰ ਰਿਸ਼ਤੇ ਅਹਿਸਾਸ ਦੇ ਜੱਟ ਫੈਮਿਲੀ ਹੈ, ਫਿਰ ਬਾਜਵਾ ਇਤਿਹਾਦ ਪਾਕਿਸਤਾਨ ਹੈ, ਇਹਦੇ ਤੋਂ ਇਲਾਵਾ ਵੀ ਹੋਰ ਨੇ। ਤੋ ਮੇਰੀ ਇਹਨਾਂ ਸਾਰਿਆਂ ਬਾਜਵਿਆਂ ਅੱਗੇ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਆਪਣੀ ਨਸਲ ਨੂੰ ਨਰੋਲ ਬਣਾ ਕੇ ਆਪਣਾ ਰਿਕਾਰਡ ਦਰੁਸਤ ਕਰਨਾ ਹੈ, ਤਾਂ ਜ਼ਰੂਰੀ ਹੈ ਕਿ ਹਰ ਪਿੰਡ ਦੇ ਜਿੱਥੇ ਜਿੱਥੇ ਤੁਸੀਂ ਵੱਸਦੇ ਹੋ, ਮਸਲਾਂ ਇੱਥੇ ਕੁਝ ਇਹ ਵੀ ਮਸਲਾ ਹੋਇਆ ਕਿ ਕੋਈ ਲੋਕ ਸਿੰਧ ਟੁੱਟ ਗਿਆ, ਬਾਹਰ 'ਚ ਟੁੱਟ ਗਿਆ, ਲੇਕਿਨ ਉਹਨਾਂ ਦੇ ਜਿਹੜੇ ਅਸਲੀ ਪਿੰਡ ਸਨ ਉਹਨਾਂ 'ਚੋਂ ਰਾਬਤਾ ਕਰਕੇ ਉਹਨਾਂ ਦਾ ਜਿਹੜਾ ਸ਼ਿਜਰਾ ਪੀੜ੍ਹੀ ਨਾਮਾ ਉਹ ਇਕੱਠਾ ਕਰਨ, ਉਹ ਲਿਖਣ,
ਔਰ ਉਹ ਪੀੜ੍ਹੀ ਨਾਮੇ ਨੂੰ ਪਿੱਛੇ ਜੋੜਨ ਵੀ ਕਿਹੜੇ ਪਿੰਡੋਂ ਆਏ, ਮਸਲ ਕਿਹੜੇ ਪਿੰਡੋਂ ਉੱਠ ਕੇ ਬੰਦਾ ਆਇਆ ਜਿਹਦੀ ਅੱਗੋਂ ਨਸਲ ਵਧੀ, ਜਿਸ ਤਰ੍ਹਾਂ ਇੱਥੋਂ ਉੱਠ ਕੇ ਬਾਹਰ 'ਚ ਗਏ ਨੇ, ਸਿੰਧ 'ਚ ਵੀ ਬੜੇ ਬਾਜਵੇ ਨੇ, ਪੂਰੇ ਪਾਕਿਸਤਾਨ 'ਚ। ਤੋ ਇਹ ਜ਼ਰੂਰੀ ਆ, ਜਾਂ ਜਿਹੜੇ ਭਰਾ ਸਾਡੇ ਚੜ੍ਹਦੇ ਪੰਜਾਬ 'ਚ ਚਲੇ ਗਏ 47 ਦੇ ਵੇਲੇ, ਉਹ ਵੀ ਆਪਣੀ ਇਹ ਸਾਰੀ ਪੀੜ੍ਹੀ ਜਿਹੜੀ ਹੈ ਨਾ, ਕਮ ਸੇ ਕਮ ਜਿਹੜੀ ਉੱਥੋਂ ਦੀ ਉਹਨੂੰ ਜੋੜਨ 47 ਤੋਂ ਲੱਗ ਕੇ, ਇਹ ਪਿਛਲੀ ਇੱਥੋਂ ਵਾਲੇ ਜੋੜਨ, ਇਹਨਾਂ ਦਾ ਫਿਰ ਆਪਸ 'ਚ ਸਾਰਾ ਇਹ ਜਿਹੜੀ ਇਹ ਗੰਢ ਤਰੁੱਪ ਹੋ ਕੇ ਇੰਝ ਸਾਡੇ ਛਿਜਰੇ ਜਿਹੜੇ ਨੇ ਸਿੱਧੇ ਹੋ ਜਾਣਗੇ। ਔਰ ਅਗਰ ਅਸੀਂ ਸਿਰਫ ਇਹ ਆਖੀਏ ਜੀ ਮੈਂ ਬਾਜਵਾ ਮੈਂ ਬੜਾ ਰਾਇਲ ਬਾਜਵਾ, ਲੇਕਿਨ ਉਹਦੇ ਵਾਸਤੇ ਸਾਬਤ ਕਰਨਾ ਪਏਗਾ। ਇੱਕ ਗੱਲ ਇਹਦੇ ਨਾਲ, ਇੱਕ ਹੋਰ ਗੱਲ ਵੀ ਹੈ, ਜਿਹੜੇ ਫੇਕ ਬਾਜਵੇ ਬਣੇ ਨੇ ਲੋਕ, ਐਵੇਂ ਹੀ ਕਿ ਸ਼ਹਿਰ ਤਬਦੀਲ ਕੀਤਾ ਅਤੇ ਜਾ ਕੇ ਬਾਜਵੇ ਬਣ ਗਿਆ, ਉਹਨਾਂ ਨੂੰ ਵੀ ਸ਼ੰਟ ਆਊਟ ਕੀਤਾ ਜਾ ਸਕੇਗਾ ਬੜੀ ਆਸਾਨੀ ਨਾਲ, ਕਿਉਂਕਿ ਕੋਈ ਵੀ ਬੰਦਾ ਨਹੀਂ ਚਾਹੁੰਦਾ ਕਿ ਉਹ ਆਪਣੀ ਬੋਝੀ ਦੇ ਵਿੱਚ ਖੋਟੇ ਸਿੱਕੇ ਜਾਂ ਖੋਟੇ ਜਾਅਲੀ ਨੋਟ ਪਾ ਕੇ ਟੁਰਿਆ ਫਿਰੇ। ਤੋ ਬਾਜਵੇ ਭਰਾਓ, ਮੇਰੀ ਤੁਹਾਡੇ ਅੱਗੇ ਗੁਜ਼ਾਰਿਸ਼ ਇਹ ਹੈ ਕਿ ਤੁਸੀਂ ਇਹ ਆਪਣੇ ਜਿੱਥੇ ਜਿੱਥੇ ਆਇਓ ਆਪਣੀ ਨਸਲ ਨੂੰ ਖੋਜੋ, ਉਹ ਉਹਦਾ ਪੂਰਾ ਛਿਜਰਾ ਲਿਖ ਕੇ ਰੱਖੋ, ਉਹ ਛਿਜਰਾ ਸਾਡੇ ਨਾਲ ਰਾਬਤਾ ਕਰੋ, ਅਸੀਂ ਉਹਨੂੰ ਪੂਰੀ ਨਾ ਪੂਰਾ ਇੱਕ ਨੈੱਟਵਰਕ ਜਿਹੜਾ ਬਾਜਵਿਆਂ ਦਾ, ਸਾਡੇ ਕੋਲ ਇੱਕ ਪੂਰਾ ਜਾਲ ਹੁਣਿਆ ਜਾਏ ਕਿ ਕਿੱਥੇ ਕਿੱਥੇ ਬਾਜਵਿਆਂ ਦਾ ਪਿੰਡ ਸੀ, ਉਹਦਾ ਉਹਦੇ ਨਾਲ ਕੀ ਤਲਕ ਸੀ, ਉਸ ਪਿੰਡ ਬਾਏ ਦਾ ਉਹਦੇ ਨਾਲ ਕੀ ਤਲਕ ਸੀ, ਉਹ ਕਿੰਨਵੀਂ ਪੀੜ੍ਹੀਓ ਸੀ। ਤੋ ਇਹ ਬੜਾ ਜ਼ਰੂਰੀ ਹੈ, ਜਿੰਨਾ ਚਿਰ ਅਸੀਂ ਇਹ ਨਹੀਂ ਕਰਾਂਗੇ, ਜਿਸ ਤਰ੍ਹਾਂ ਹੁਣ ਮਤਲਬ ਇਹ ਹੈ ਕਿ ਸਾਡੇ ਲਾਗੇ ਦਾਤਾ ਜ਼ੈਦ ਕਾ ਪਿੰਡ ਹੈ, ਉਹ ਸਾਡਾ ਭਤੀਜਾ ਸੀ, ਜੈਦ ਦਾ ਪੁੱਤਰ ਸੀ, ਜੈਦ ਹਿੰਦੂ ਤੋਂ ਸਿੱਖ ਹੋ ਗਿਆ, ਉਹ ਇੰਡੀਆ ਚਲੇ ਗਏ, ਔਰ ਦਾਤਾ ਉਹਦਾ ਬੇਟਾ ਸੀ। ਇਸ ਲਈ ਭਗਤਪੁਰ ਅਗਲੇ ਦਿਨ ਮੈਂ ਗਿਆ, ਉੱਥੇ ਜਾ ਕੇ ਦੋਸਤਾਂ ਨਾਲ ਮੀਟਿੰਗ ਕੀਤੀ, ਅਤੇ ਜੋੜੀ ਨਵਾਜ਼ ਬਾਜਵਾ ਸਾਹਿਬ ਨੂੰ ਚੇਅਰਮੈਨ ਬਣਾਇਆ ਬਾਜਵਾ ਇਤਿਹਾਦ ਫਾਊਂਡੇਸ਼ਨ ਦਾ, ਅਤੇ ਉੱਥੇ ਵੀ ਮੈਂ ਇਹੀ ਗੱਲ ਕੀਤੀ ਕਿ ਤੁਸੀਂ ਜਿਹੜਾ ਨਾ ਆਪਣਾ ਛਿਜਰਾ ਸਿੱਧਾ ਕਰੋ, ਸਾਡੇ ਪਿੰਡੋਂ ਉੱਠ ਕੇ ਤੁਹਾਡੇ ਕਿਹੜੇ ਬੰਦੇ ਗਏ ਉਹਨਾਂ ਨੂੰ ਇਹਦੇ ਨਾਲ ਜੋੜੋ। ਇੰਝ ਇਹ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ, ਪੁਰਾਣੇ ਵਕਤਾਂ 'ਚ ਕੰਮ ਸਾਡੇ ਮਰਾਸੀ ਕਰਦੇ ਸਨ, ਉਸ ਵੇਲੇ ਲੋਕਾਂ ਦੇ ਵਸੀਲੇ ਜ਼ਿਆਦਾ ਸਨ, ਆਮਦਨਾਂ ਜ਼ਿਆਦਾ ਸਨ, ਤਗੜੇ ਜੱਟ ਸਨ, ਮਗਰੋਂ ਆਬਾਦੀਆਂ ਵਧੀਆਂ, ਜ਼ਮੀਨਾਂ ਘੱਟ ਗਈਆਂ, ਆਮਦਨ ਦੇ ਵਸੀਲੇ ਘੱਟ ਗਏ, ਕੁਝ ਲੋੜਾਂ ਵੀ ਇੰਝ ਦੀਆਂ ਹੋ ਗਈਆਂ ਕਿ ਅਸੀਂ ਆਪਣੀ ਨਸਲ ਤੋਂ ਆਪਣੀ ਵੰਸਾਵਲੀ ਤੋਂ ਮਤਲਬ ਆਲਕ ਵਰਤਣੀ ਸ਼ੁਰੂ ਕਰਤੀ, ਬੇਪਰਵਾਹ ਹੋ ਗਏ। ਇਹੀ ਵਜ੍ਹਾ ਹੈ ਕਿ ਫੇਕ ਬਾਜਵੇ ਜਾਅਲੀ ਬਾਜਵੇ ਸਾਡੇ ਜਾਣ ਕੇ ਅਤੇ ਵੜਨਾ ਸ਼ੁਰੂ ਹੋ ਗਏ ਨੇ, ਕਿਉਂਕਿ ਅੱਜ ਮਿਆਰ ਬਣ ਗਿਆ ਦੌਲਤ, ਜ਼ਾਤ ਨਹੀਂ ਰਹੀ। ਤੋ ਇਹਦਾ ਮਤਲਬ ਜ਼ਾਤ ਤਾਂ ਰੱਬ ਦੀ ਉੱਚੀ ਹੈ, ਲੇਕਿਨ ਕੋਈ ਵੀ, ਲੇਕਿਨ ਹਰ ਬੰਦੇ ਨੂੰ ਆਪਣੀ ਸੁੱਚੀ ਜ਼ਾਤ ਦਾ, ਆਪਣੀ ਉਹਦੀ ਪੂਰੇ ਪੀੜ੍ਹੀ ਨਾਮੇ ਦਾ ਪਤਾ ਹੋਣਾ ਚਾਹੀਦਾ, ਤਾਂ ਕਿ ਉਹਨੂੰ ਇਹ ਪਤਾ ਲੱਗੇ ਮੈਂ ਕਿਹਦਾ ਪੁੱਤਰ ਹਾਂ, ਮੇਰਾ ਦਾਦਾ ਕੌਣ ਸੀ, ਪੜਦਾਦਾ ਕੌਣ ਸੀ, ਨਗੜ ਦਾਦਾ। ਤੋ ਇਹ ਸਾਰੀਆਂ ਚੀਜ਼ਾਂ ਪੂਰੀ ਦੁਨੀਆ 'ਚ ਵੱਸਦੇ ਬਾਜਵੇ ਹੋ, ਤੁਹਾਨੂੰ ਚੇਤੇ ਕਰਨੀਆਂ ਚਾਹੀਦੀਆਂ ਨੇ, ਔਰ ਤੁਹਾਡੇ ਲਈ ਬੜੀ ਜ਼ਰੂਰੀਆਂ ਨੇ। ਜਿੱਥੇ ਜਿੱਥੇ ਬੈਠੇ ਹੋ ਆਪਣੇ ਆਪਣੇ ਛਿਜਰੇ ਨੂੰ ਗੋਲੋ, ਆਪਣੇ ਆਪਣੇ ਪਿੰਡ ਦਾ ਛਿਜਰਾ ਸਿੱਧਾ ਕਰੋ, ਪੁੱਛ ਦੱਸ ਕੇ ਬਾਬਿਆਂ ਕੋਲੋਂ, ਪਟਵਾਰ ਦਾ ਰਿਕਾਰਡ ਵੇਖ ਕੇ, ਔਰ ਇਹ ਅਗਰ ਇਹ ਸਾਰਾ ਕਰ ਲਾਂਗੇ ਅਸੀਂ, ਜਦੋਂ ਕਰਨ 'ਚ ਕਾਮਯਾਬ ਹੋ ਜਾਵਾਂਗੇ, ਤਾਂ ਫਿਰ ਅਸੀਂ ਸਮਝਾਂਗੇ ਕਿ ਇੱਕ ਅਸੀਂ ਮਤਲਬ ਉੱਚੇ ਪਾਏ ਦੀ ਜ਼ਾਤ ਆ, ਜਾਂ ਜੋ ਮਰਜ਼ੀ ਫਿਰ ਆਪਣੇ ਨਾਲ ਖੂਬੀ ਲਾਈਏ, ਲੇਕਿਨ ਜਿੰਨਾ ਚਿਰ ਅਸੀਂ ਗੁਆਚੇ ਰਹਾਂਗੇ, ਸਿਰਫ ਇਹ ਆਖੀ ਜਾਣਾ ਮੈਂ ਬਾਜਵਾ ਹੁੰਦਾ ਨਹੀਂ, ਉਹਦੇ ਲਈ ਸਬੂਤ ਤੁਹਾਨੂੰ ਦੇਣਾ ਪਏਗਾ, ਔਰ ਉਹ ਸਬੂਤ ਹੋਵੇ ਕਿ ਆਪਣੇ ਆਪਣੇ ਪਿੰਡ ਦਾ ਪੂਰਾ ਪੀੜ੍ਹੀ ਨਾਮਾ ਛਿਜਰਾ ਵੰਸਾਵਲੀ ਇਕੱਠੀ ਕਰੋ। ਮੈਂ ਤੁਹਾਡੇ ਨਾਲ ਤੁਹਾਡੇ ਕੋਲੋਂ ਇਹਨਾਂ ਹੀ ਲਫ਼ਜ਼ਾਂ ਨਾਲ ਇਜਾਜ਼ਤ ਲੈਣਾ ਚਾਹੁੰਦਾ, ਤੁਹਾਡੇ ਨਾਲ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ। ਜਿਉਂਦੇ ਵਾਸਤੇ ਰਹੋ।